ਜੀ ਸੰਗਤ ਜੀ, ਇਸ ਟਾਈਮ ਸਾਡੇ ਨਾਲ ਪਟਨਾ ਦੀ ਧਰਤੀ ਤੋਂ ਹੀ ਜਿਹੜਾ ਹੈਗਾ ਸੂਰਜ ਸਿੰਘ ਜੀ ਜੁੜੇ ਹੋਏ ਨੇ, ਜੋ ਕਿ ਬਿਹਾਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਨੇ। ਸੂਰਜ ਸਿੰਘ ਜੀ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਸਿੰਘ ਜੀ, ਪਿਛਲੇ ਕਾਫੀ ਦਿਨਾਂ ਤੋਂ ਜੋ ਵਿਵਾਦ ਚੱਲ ਰਿਹਾ ਸੀਗਾ ਪਟਨਾ ਸਾਹਿਬ ਦੇ ਵਿੱਚ ਗਿਆਨੀ ਇਕਬਾਲ ਸਿੰਘ ਜੀ ਨੂੰ ਲੈ ਕੇ, ਜੋ ਕਿ ਧਰਨੇ ਵੀ, ਈਵਨ ਪ੍ਰਦਰਸ਼ਨ ਵੀ ਹੋਏ, ਰੋਸ ਮਾਰਚ ਵੀ ਹੋਏ, ਦੇ ਚੱਕਰ ਦੇ ਵਿੱਚ ਪਟਨਾ ਦੇ ਆਫਿਸ ਦੇ ਵਿੱਚ ਬਹੁਤ ਵੱਡਾ ਜੋ ਇੱਕ ਇਕੱਠ ਵੀ ਆਇਆ ਸੀਗਾ, ਪਰ ਉਸੇ ਹੀ ਹਿਸਾਬ ਦਾ ਜਿਹੜਾ ਇਕੱਠ ਜਿਹੜਾ ਹੈਗਾ, ਰੋਲਾ ਜਿਹੜਾ ਹੈਗਾ, ਉਦੋਂ ਵੀ ਪਿਆ ਜਦੋਂ ਗਿਆਨੀ ਇਕਬਾਲ ਸਿੰਘ ਜੀ ਨੇ 3 ਤਰੀਕ ਨੂੰ ਸਵੇਰੇ ਆਪਣਾ ਅਸਤੀਫਾ ਦਿੱਤਾ। ਉਸ ਤੋਂ ਬਾਅਦ ਵੀ ਸੰਗਤਾਂ ਦਾ ਕੁਝ ਜਿਹੜੇ ਹੈਗੇ ਜਥੇਬੰਦੀਆਂ ਨੇ ਆ ਕੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਮੰਗ ਕੀਤੀ ਸੀਗੀ, ਔਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਗਿਆਨੀ ਇਕਬਾਲ ਸਿੰਘ ਜੀ ਇਸ ਸੇਵਾ ਤੋਂ ਨੂੰ ਛੱਡ ਕੇ ਜਾਣ ਜਾਂ ਅਸਤੀਫਾ ਦੇਣ। ਕੀ ਕਹਿਣਾ ਚਾਹੋਗੇ ਹੁਣ ਜੋ ਅੱਜ ਉਹਨਾਂ ਦਾ ਜਿਹੜਾ ਅਸਤੀਫਾ ਅਕਾਲ ਤਖਤ ਸਾਹਿਬ ਵੱਲੋਂ ਵੀ ਮਨਜ਼ੂਰ ਜੋ ਹੈ ਕਰ ਲਿਆ ਗਿਆ ਹੈਗਾ? ਇਹ 2 ਤਰੀਕੇ ਦੇ ਜੋ ਕਿ ਸੰਗਤਾਂ ਦਾ ਇਹ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਸੀਗੇ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਜੀ ਦੁਆਰਾ ਦੇਖ ਰਹੀ ਸੰਗਤ ਨੂੰ ਸਾਰਿਆਂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਲੀਟੀਕਲ ਮੈਂ ਬੋਲ ਰਿਹਾ, ਅਸਤੀਫਾ ਅਕਾਲ ਤਖਤ ਦਾ ਫਰਮਾਨ ਸੀਗਾ ਔਰ ਫਿਰੋਂ ਪ੍ਰਬੰਧਕ ਕਮੇਟੀ ਨੌਨ ਮੈਂਬਰੀ ਕਮੇਟੀ ਨੇ ਐਕਸੈਪਟ ਕੀਤਾ ਔਰ ਉਹਨੂੰ ਅਪਲਾਈ ਕੀਤਾ ਉਸ ਤਰੀਕੇ ਦੇ ਨਾਲ ਜੋ ਤੁਸੀਂ ਤੁਹਾਡੇ ਟੀਵੀ ਸਕਰੀਨ ਦੇ ਵਿੱਚ ਵੀ ਦੇਖ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਬੰਦਿਆਂ ਨੇ ਜਿਨ੍ਹਾਂ ਨੇ ਰੋਕਿਆ, ਜਿਨ੍ਹਾਂ ਨੇ ਸ਼ੋਰ ਸ਼ਰਾਬਾ ਕੀਤਾ, ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਵੀ ਗੱਲ ਉਹਨਾਂ ਨੇ ਕੀਤੀ ਉਹ ਤਖ਼ਤ ਦੇ ਮਰਿਆਦਾ ਦੇ ਖਿਲਾਫ ਸੀ। ਅਕਾਲ ਤਖ਼ਤ ਦੇ ਫਰਮਾਨ ਦੇ ਅੱਗੇ ਹਰ ਸਿੱਖ ਦਾ ਪਹਿਰਾ ਹੋਣਾ ਮੰਨਣਾ ਤੇ ਬਹੁਤ ਉੱਚੀ ਦੀ ਗੱਲ ਹੈ, ਮੰਨਣਾ ਪਿੱਛੇ ਹੀ ਰਹੇ ਲੇਕਿਨ ਹਰ ਸਿਰਾ ਵੀ ਅਕਾਲ ਤਖ਼ਤ ਦੇ ਫਰਮਾਨ ਤੇ ਹੈ। ਜੋ ਵੀ ਹੋਇਆ ਹੈ ਉਹ ਤਖ਼ਤ ਦੇ ਆਧਾਰ ਤੇ ਹੋਇਆ। 10 ਮੈਂਬਰ ਤਖ਼ਤ ਸੀ ਹਰਿਮੰਦਰ ਜੀ ਪਟਨਾ ਸਾਹਿਬ, 10 ਮੈਂਬਰ ਸਾਹਿਬਾਨ ਸੀਗੇ, ਉਹਨਾਂ ਨੇ ਉੱਥੇ ਜਾ ਕੇ ਦਿੱਤੀ ਸੀ ਅਕਾਲ ਤਖ਼ਤ ਦੇ ਅੱਗੇ। ਵਿਧੀ ਵਿਵਸਥਾ ਨੂੰ ਦੇਖਦੇ ਹੋਏ ਸੰਗਤਾਂ ਦੇ ਜਿਹੜੇ ਕੰਪਲੇਨ, ਪ੍ਰਬੰਧਕਾਂ ਦੇ ਜਿਹੜੇ ਕੰਪਲੇਨ, ਜਥੇਬੰਦੀਆਂ ਦੇ ਜਿਹੜੇ ਕੰਪਲੇਨਾਂ ਦੀ ਉੱਥੇ ਫੈਮਲੀ ਸੀਗੀ, ਕੋਈ ਗਿਣਤੀ ਨਹੀਂ ਸੀਗੀ, ਉਹਦੇ ਹਿਸਾਬ ਨਾਲ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਗੱਲ ਹੋਈ ਹੈ ਉਸ ਤੋਂ ਵੀ ਜ਼ਿਆਦਾ ਰੋਸ ਦੀ ਗੱਲ ਇਹ ਹੈਗੀ। ਕੱਲ ਜਿਹੜੇ ਐਕਸ ਜਥੇਦਾਰ ਇਕਬਾਲ ਸਿੰਘ ਜੀ ਨੇ ਜਿਹੜਾ ਅਕਾਲ ਤਖ਼ਤ ਦੇ ਖਿਲਾਫ, ਅਕਾਲ ਤਖ਼ਤ ਦੇ ਜਥੇਦਾਰ ਦੇ ਖਿਲਾਫ, ਕੀ ਇਹ ਸਹੀ ਹੈ? ਇੱਕ ਪੂਰਵ ਜਥੇਦਾਰ ਕਿਸੇ ਜਥੇਦਾਰ ਦੇ ਬਾਰੇ ਬੋਲ ਰਹੇ ਨੇ? ਉਹ ਜਿੱਥੇ ਤੱਕ ਉਹਨਾਂ ਦੀ ਅਸਤੀਫੇ ਦੀ ਹੈ, ਸੰਵਿਧਾਨ ਇੰਡੀਅਨ ਕਾਨਸਟੀਟਿਊਸ਼ਨ ਰੂਲ ਇਹ ਦੱਸਦਾ ਹੈ ਸਰਕਾਰੀ ਔਰ ਗੈਰ ਸਰਕਾਰੀ ਵੀ ਅਸਤੀਫਾ ਲਿਖਦਾ ਹੈ ਤਾਂ ਉਹ ਅਸਤੀਫਾ ਜੀ। ਅਸੂਰ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ, ਪਰ ਮੈਂ ਜਾਣਨਾ ਚਾਹਾਂਗਾ ਕਿ ਜਿਸ ਤਰੀਕੇ 10 ਮੈਂਬਰੀ ਕਮੇਟੀ ਵੱਲੋਂ ਅੱਜ ਜੋ ਫੈਸਲਾ ਲਿੱਤਾ ਗਿਆ, ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਕਮੇਟੀ ਦੇ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਹੈ ਪ੍ਰਧਾਨ ਸਾਹਿਬ ਵੱਲੋਂ, ਉਹ ਬਿਲਕੁਲ ਅਸੰਵਿਧਾਨਿਕ ਹੈਗੀ ਹੈ। ਉਹ ਐਕਟ ਦੇ ਅਕੋਰਡਿੰਗ ਮੀਟਿੰਗ ਨਹੀਂ ਬੁਲਾਈ ਗਈ ਹੈ, ਮੀਟਿੰਗ ਬੁਲਾਉਣ ਦਾ ਇੱਕ ਪੂਰਾ ਪ੍ਰੋਸੀਜਰ ਹੁੰਦਾ ਹੈ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਭਾਈ ਸਾਹਿਬ ਜੀ, ਮੈਂ ਬਿਲਕੁਲ ਤੁਹਾਡੀ ਗੱਲ ਤੋਂ ਮੰਨੀ ਆ, ਮੀਟਿੰਗ ਪ੍ਰਬੰਧਕ ਵੱਲੋਂ ਨਹੀਂ ਬੁਲਾਈ ਗਈ ਸੀ ਜਿੱਥੇ ਸਾਨੂੰ ਜਾਣਕਾਰੀ ਹੈ। ਮੀਟਿੰਗ ਦੀ ਗੱਲ ਨਹੀਂ ਸੀ, ਸਾਹਿਬ ਦੀ ਮਾਨ ਮਰਿਆਦਾ ਨੂੰ ਦੇਖਦੇ ਹੋਏ, ਕਿਉਂਕਿ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਤੋਂ ਹੋ ਰਿਹਾ ਹੈ, ਜੋ ਵੀ ਕੁਝ ਹੋ ਰਿਹਾ ਹੈ, ਐਕਸ ਜਥੇਦਾਰ ਇਕਬਾਲ ਸਿੰਘ ਦੇ ਦੁਆਰਾ ਜੋ ਨਸ਼ਾ ਦਾ ਜੋ ਬੇਟ ਉਹਨਾਂ ਨੇ ਕੀਤਾ, ਉਹਦੇ ਬੇਟੇ ਨੇ ਉਹਨਾਂ ਦੇ, ਉਹਦੇ ਵਿੱਚ ਮਾਹੌਲ ਤਾਂ ਵਿਗੜ ਰਿਹਾ ਸੀ ਔਰ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਪ੍ਰਬੰਧਕਾਂ ਦਾ ਧੰਨਵਾਦ ਦੇਣਾ ਚਾਹਾਂਗਾ ਜਿਹੜੇ ਪ੍ਰਬੰਧਕ ਨੇ
ਪਰਵਿਤਕਾਰ ਨੇ ਸੂਝਵਾਨ ਦਿਖਾਉਂਦੇ ਸਭ ਦੀ ਮਾਨ ਮਰਿਆਦਾ ਨੂੰ ਦੇਖਦੇ ਹੋਏ ਉਹ ਇੱਕ ਆਪਸੀ ਬੈਠਕ ਕੀਤੀ। ਬੈਠਕ ਚ ਅਸੀਂ ਅਕਾਲ ਤਖ਼ਤ ਦਾ ਫਰਮਾਨ ਵੀ ਉੱਥੋਂ ਆ ਗਿਆ ਔਰ ਉਸ ਦੇ ਉੱਤੇ ਮੈਨੂੰ ਸੂਝਵਾਨ ਪ੍ਰਬੰਧਕਾਂ ਨੇ ਸੂਝਵਾਨ ਤਰੀਕੇ ਦੇ ਨਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਦੇ ਕੰਮ ਕੀਤਾ ਹੈ। ਸਾਰਿਆਂ ਨੂੰ ਸਿੱਖਾਂ ਨੂੰ ਤਖ਼ਤ ਦੇ ਜਿਹੜੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਸਾਹਿਬਾਨ ਹੈਗੇ ਨੇ ਉਹਨਾਂ ਦਾ ਧੰਨਵਾਦ ਹੀ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੇ ਸੂਝਵਾਨ ਤਰੀਕੇ ਦੇ ਨਾਲ ਬਿਨਾਂ ਕਿਸੇ ਵਿਵਾਦ ਦੇ ਬਿਨਾਂ ਕਿਸੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣ ਦਿੱਤੀ। ਬਹੁਤ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਕੰਮ ਕੀਤਾ ਔਰ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਤੇ ਪਹਿਰਾ ਦਿੱਤਾ। ਠੀਕ ਹੈ ਸੂਰਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ। ਉਮੀਦ ਕਰਦੇ ਹਾਂ ਇਸੇ ਤਰੀਕੇ ਸਾਡੇ ਨਾਲ ਜੁੜਦੇ ਰਹੋਗੇ ਔਰ ਪਟਨਾ ਤੋਂ ਤੁਸੀਂ ਲਾਈਵ ਜੁੜੇ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਕਾਲ ਚੈਨਲ ਤੇ ਤੁਸੀਂ ਜੋ ਆਪਣੇ ਜੋ ਵਿਚਾਰ ਸਾਂਝੇ ਕੀਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।